ਅੱਜ ਗੱਲ ਕਰਦੇ ਹਾਂ ਜੀ, ਵੋਟ ਕਿਉਂ ਨੂੰ ਪਾਉਣੀ ਚਾਹੀਦੀ ਹੈ। ਵੈਸੇ ਤਾਂ ਤੁਸੀਂ ਸਾਰੇ ਬਹੁਤ ਸਿਆਣੇ ਹੋ, ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ, ਤੁਹਾਡਾ ਜਿੱਥੇ ਦਿਲ ਕਰਦਾ ਉੱਥੇ ਵੋਟ ਪਾਓ ਭਾਈ, ਮੇਰੇ ਕਹਿਣ 'ਤੇ ਥੋੜ੍ਹਾ ਪਾਣੀ ਤੁਸੀਂ ਵੋਟ। ਖੈਰ, ਲੇਕਿਨ ਜੇ ਮੈਨੂੰ ਪੁੱਛਦੇ ਹੋ ਕਿ ਭਾਈ ਸਾਹਿਬ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ, ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇੱਕ ਵਿਅਕਤੀ ਹੈ, ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ, ਉਹ ਦੇਖਣ ਦੇ ਵਿੱਚ ਪੂਰਾ ਧਾਰਮਿਕ ਲੱਗਦਾ, ਧਾਰਮਿਕ ਐਕਟੀਵਿਟੀ ਕਰਦਾ, ਧਾਰਮਿਕ ਥਾਣੇ 'ਤੇ ਜਾਂਦਾ, ਉਹਦੀ ਐਕਟੀਵਿਟੀ ਸਾਰੀ ਧਾਰਮਿਕ ਵਾਲੀ ਹੁੰਦੀ ਹੈ, ਪਰ ਉਹਨੂੰ ਜ਼ਿਆਦਾਤਰ ਆਪਾਂ ਇਹ ਦੇਖਦੇ ਹਾਂ ਕਿ ਜਿੱਥੇ ਲੜਾਈ ਝਗੜਾ ਹੁੰਦਾ ਉੱਥੇ ਪਹੁੰਚ ਜਾਂਦਾ, ਉਹਦੀ ਐਕਟੀਵਿਟੀ ਦੇ ਨਾਲ ਲੜਾਈ ਝਗੜਾ ਵੱਧਦਾ, ਉਹਦੀ ਐਕਟੀਵਿਟੀ ਦੇ ਨਾਲ ਖੂਨ ਖਰਾਬਾ ਵੀ ਹੁੰਦਾ। ਪਰ ਉਹ ਵਿਅਕਤੀ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਹੁੰਦੇ ਨੇ ਉਹਨਾਂ ਵਿੱਚ ਉਹ ਸ਼ਮੂਲੀਅਤ ਨਹੀਂ ਹੁੰਦਾ, ਮਤਲਬ ਉਹਦੇ ਵਿੱਚ ਸ਼ਾਮਿਲ ਨਹੀਂ ਹੁੰਦਾ ਕਿ ਵਿਕਾਸ ਦੇ ਬਾਰੇ ਕੋਈ ਗੱਲ ਕੀਤੀ ਜਾਵੇ ਕਿ ਵਿਕਾਸ ਕਿਵੇਂ ਕੀਤਾ ਜਾਵੇ, ਕਿਉਂਕਿ ਵਿਕਾਸ ਤਾਂ ਜ਼ਰੂਰੀ ਹੈ, ਰੋਜ਼ਗਾਰ ਜ਼ਰੂਰੀ ਹੈ, ਕਿ ਨੌਜਵਾਨ ਸਾਡੇ ਨੇ ਉਹਨਾਂ ਨੂੰ ਰੋਜ਼ਗਾਰ ਕਿਵੇਂ ਦਿੱਤਾ ਜਾਵੇ, ਇਸ ਚੀਜ਼ ਦੇ ਬਾਰੇ ਜਿਹੜੀ ਹੈ ਮਹਿੰਗਾਈ ਵੱਧ ਰਹੀ ਹੈ ਇਹਨੂੰ ਕਿਵੇਂ ਠੱਲ ਪਾਈ ਜਾਵੇ, ਇਸ ਚੀਜ਼ ਦੇ ਬਾਰੇ ਕੋਈ ਵਿਚਾਰ ਨਹੀਂ ਦਿੰਦਾ, ਲੜਾਈ ਝਗੜੇ ਬਾਰੇ ਪੂਰੀ ਵਿਚਾਰ ਹੁੰਦੀ ਉਹਦੀ। ਇੱਕ ਤਾਂ ਉਹ ਵਿਅਕਤੀ ਹੈ, ਇੱਕ ਉਹ ਵਿਅਕਤੀ ਹੈ ਜਿਹੜਾ ਧਾਰਮਿਕ ਸਥਾਨਾਂ 'ਤੇ ਭਾਵੇਂ ਘੱਟ ਜਾਂਦਾ ਹੋਵੇ, ਜੇ ਜਾਂਦਾ ਵੀ ਤਾਂ ਸਾਰੇ ਧਾਰਮਿਕ ਸਥਾਨ ਜਾਂਦਾ ਹੋਵੇ, ਗੁਰਦੁਆਰੇ ਵੀ ਜਾਂਦਾ, ਮੰਦਿਰ ਵੀ ਜਾਂਦਾ, ਮਸਜਿਦ ਵੀ ਜਾਂਦਾ, ਅਤੇ ਚਰਚ ਵਿੱਚ ਵੀ ਜਾਂਦਾ, ਹਰ ਜਗ੍ਹਾ ਜਾਂਦਾ। ਉਹਦੀ ਐਕਟੀਵਿਟੀ ਜਿਹੜੀ ਹੈ ਧਾਰਮਿਕ ਘੱਟ ਪਰ ਸਮਾਜਿਕ ਬਹੁਤ ਜ਼ਿਆਦਾ ਹੈ। ਕਹਿੰਦਾ ਭਾਵ ਕਿ ਪਿੰਡ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਦੀ ਮਦਦ ਦੇ ਲਈ ਹਮੇਸ਼ਾ ਅੱਗੇ ਰਹਿੰਦਾ, ਪਿੰਡ ਦੇ ਜਿਹੜੇ ਕਾਰਜ ਹੁੰਦੇ ਨੇ ਉਹਨਾਂ ਵਿੱਚ ਅੱਗੇ ਰਹਿੰਦਾ, ਕੋਈ ਸੜਕ ਬਣਨੀ ਹੈ, ਕੋਈ ਨਾਲੀ ਬਣਨੀ ਹੈ, ਬਹੁਤ ਸਾਰੇ ਕੰਮ ਹੁੰਦੇ ਨੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ, ਹਰ ਕੰਮ 'ਚ ਅੱਗੇ ਰਹਿੰਦਾ। ਉਹ ਇਹ ਵੀ ਸੋਚਦਾ ਕਿ ਕਿਤੇ ਲੜਾਈ ਝਗੜਾ ਨਾ ਹੋਵੇ, ਜੋ ਵੀ ਮਸਲਾ ਹੈ ਪਿਆਰ ਮੁਹੱਬਤ ਨਾਲ ਬਹਿ ਕੇ ਹੱਲ ਹੋ ਜਾਵੇ। ਤਾਂ ਮੇਰੇ ਅਗਰ ਤੁਸੀਂ ਸੁਣਦੇ ਹੋ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਇਹ ਵਿਅਕਤੀ ਹੈ ਨਾ ਦੂਜੇ ਵਾਲਾ, ਆ ਧਾਰਮਿਕ, ਇਹਨੂੰ ਵੋਟ ਪਾ ਦਿਉ। ਹੁਣ ਤੁਸੀਂ ਕਹੋਗੇ ਯਾਰ ਧਾਰਮਿਕ ਬੰਦੇ ਨੂੰ ਵੋਟ ਕਿਉਂ ਨਾ ਪਾਈ, ਉਹ ਤਾਂ ਧਾਰਮਿਕ ਬੰਦਾ ਹੈ, ਦੇਖਣ 'ਚ ਪੂਰਾ ਧਾਰਮਿਕ ਲੱਗਦਾ, ਧਾਰਮਿਕ ਹੈ, ਵਧੀਆ ਗੱਲ, ਸਤਿਕਾਰ ਹੈ ਉਹਦਾ ਭਾਈ, ਪਰ ਉਹ ਬੰਦਾ ਵਿਕਾਸ ਦੇ ਬਾਰੇ ਨਹੀਂ ਸੋਚ ਰਿਹਾ। ਤੋ ਵੋਟ ਉਸ ਇਨਸਾਨ ਨੂੰ ਪਾਉਣੀ ਚਾਹੀਦੀ ਹੈ, ਉਸ ਵਿਅਕਤੀ ਨੂੰ ਪਾਉਣੀ ਚਾਹੀਦੀ ਹੈ ਜੋ ਕਿ ਵਿਕਾਸ ਕਰੇ, ਜੋ ਕਿ ਸਾਨੂੰ ਅੱਗੇ ਲੈ ਕੇ ਜਾਵੇ। ਵੋਟ ਹਮੇਸ਼ਾ ਉਸ ਇਨਸਾਨ ਨੂੰ ਪਾਉਣੀ ਚਾਹੀਦੀ ਹੈ ਜੋ ਕਿ ਵਿਕਾਸ ਦੀਆਂ ਗੱਲਾਂ ਕਰੋ, ਵਿਕਾਸ ਕਰੇ ਵੀ, ਇਹੋ ਜਿਹੀ ਉਹਦੀ ਐਕਟੀਵਿਟੀ ਹੋ ਜਿਹਦੇ ਨਾਲ ਸਮਾਜ ਨੂੰ ਕੋਈ ਫਾਇਦਾ ਹੁੰਦਾ ਹੋਵੇ, ਇਕੱਲੇ ਇੱਕ ਵਰਗ ਨੂੰ ਨਹੀਂ, ਸਾਰਿਆਂ ਨੂੰ, ਹਿੰਦੂ ਨੂੰ ਵੀ, ਮੁਸਲਿਮ ਨੂੰ ਵੀ, ਸਿੱਖ ਨੂੰ ਵੀ, ਈਸਾਈ ਨੂੰ ਵੀ। ਇੱਕ ਉਮੀਦਵਾਰ ਜਿਹਨੂੰ ਅਸੀਂ ਚੁਣ ਕੇ ਲੈ ਕੇ ਆਉਂਦੇ ਹਾਂ ਉਹ ਕੇਵਲ ਅਤੇ ਕੇਵਲ ਇੱਕ ਧਰਮ ਦਾ, ਇੱਕ ਜਾਤੀ ਦਾ ਉਮੀਦਵਾਰ ਨਹੀਂ ਹੁੰਦਾ, ਉਹ ਸਰਬ ਸਾਂਝਾ ਹੁੰਦਾ। ਉਹਨੂੰ ਸਾਰਿਆਂ ਦੇ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ, ਇਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਜੇ ਇਹਨਾਂ ਨੂੰ ਫਾਇਦਾ ਹੋ ਰਿਹਾ ਤਾਂ ਫਾਇਦਾ ਇਹਨਾਂ ਨੂੰ ਵੀ ਹੋਣਾ ਚਾਹੀਦਾ। ਉਹ ਸਰਬ ਪੱਖੀ ਹੋਵੇ, ਹਰ ਕਿਸੇ ਦੇ ਬਾਰੇ ਸੋਚਣ ਵਾਲਾ ਹੋਵੇ। ਇੱਕ ਪੱਖ ਸੋਚਣ ਵਾਲਾ ਵਿਅਕਤੀ ਅਗਰ ਅਸੀਂ ਚੁਣ ਕੇ ਲਿਆਵਾਂਗੇ ਉਹਦਾ ਆਉਣ ਵਾਲੇ ਟਾਈਮ 'ਤੇ ਸਾਨੂੰ ਸਾਰਿਆਂ ਨੂੰ ਨੁਕਸਾਨ ਹੋਏਗਾ। ਜਿਹੜੇ ਚੁਣ ਕੇ ਲੈ ਕੇ ਆ ਨੁਕਸਾਨ ਉਹਨਾਂ ਨੂੰ ਵੀ ਹੋਣਾ, ਕਿਉਂ? ਕਿਉਂਕਿ ਉਹ ਤੁਹਾਡੇ ਨਾਲ ਤਾਂ ਜੁੜ ਗਿਆ ਲੇਕਿਨ ਬਾਕੀ ਸਾਰਿਆਂ ਨਾਲ ਟੁੱਟ ਗਿਆ। ਉਹ ਜਿਹੜੇ ਬਾਕੀ ਸਾਰੇ ਨੇ ਉਹ ਜੁੜ ਕੇ ਫਿਰ ਤੁਹਾਡੇ ਨਾਲ ਟੁੱਟਣਗੇ ਕਿ ਇਹਨਾਂ ਕਰਕੇ ਸਾਡਾ ਨੁਕਸਾਨ ਹੋਇਆ। ਸੋ ਮੇਰੀ ਤਾਂ ਇਹ ਸੋਚ ਹੈ ਜੀ, ਮੇਰੇ ਇਹ ਵਿਚਾਰ ਨੇ ਕਿ ਵੋਟ ਹਮੇਸ਼ਾ ਉਸ ਵਿਅਕਤੀ ਨੂੰ ਪਾਓ ਜੋ ਵਿਅਕਤੀ ਵਿਕਾਸ ਦੇ ਬਾਰੇ ਸੋਚਦਾ ਔਰ ਵਿਕਾਸ ਕਰਦਾ ਵੀ ਹੈ। ਬਾਕੀ ਤੁਸੀਂ ਕੀ ਸੋਚ ਰੱਖਦੇ ਹੋ, ਤੁਹਾਡੇ ਕੀ ਵਿਚਾਰ ਨੇ, ਕਮੈਂਟ ਰਾਹੀਂ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ। ਮੈਂ ਆਪਣੇ ਵਿਚਾਰ ਦਿੱਤੇ ਨੇ ਕਿ ਮੈਂ ਤਾਂ ਵਿਕਾਸ ਕਰਨ ਵਾਲੇ ਨੂੰ ਵੋਟ ਪਾਊਂਗਾ, ਜਿਹੜਾ ਇਹ ਵਿਅਕਤੀ ਵਿਕਾਸ ਕਰਦਾ, ਜਿਹੜਾ ਲੜਾਈ ਝਗੜਾ ਕਰਦਾ, ਗੁੰਡਾਗਰਦੀ ਕਰਦਾ, ਖੂਨ ਖਰਾਬੇ ਕਰਦਾ, ਉਹਦਾ ਕੋਈ ਬੈਨੀਫਿਟ ਹੁੰਦਾ ਫਿਰ ਤਾਂ ਦੱਸ ਦਿਓ ਕਿ ਹਾਂ ਵੀ ਇਹਦਾ ਬੈਨੀਫਿਟ ਹੈ। ਜੇ ਕੋਈ ਬੈਨੀਫਿਟ ਹੀ ਨਹੀਂ ਹੈ ਫਿਰ ਉਹ ਤੇ ਬੰਦੇ ਨੂੰ, ਉਸ ਬੰਦੇ ਨੂੰ ਵੋਟ ਪਾਉਣ ਦਾ ਕੀ ਫਾਇਦਾ। ਮੇਰੀ ਤਾਂ ਇਹ ਸੋਚ ਹੈ, ਬਾਕੀ ਤੁਹਾਡੀ ਕੀ ਸੋਚ ਹੈ, ਕਮੈਂਟ ਰਾਹੀਂ ਆਪਣੇ ਵਿਚਾਰ ਜ਼ਰੂਰ ਦਿਓ। ਧੰਨਵਾਦ ਜੀ।